ਪੰਜਾਬ ਦੇ ਇੱਕ ਨਾਮੀ ਅਖਬਾਰ ਦੇ ਸੰਪਾਦਕ ਦੇ ਖਿਲਾਫ ਵਿਜੀਲੈਂਸ ਨੇ ਹੁਣ ਕਾਰਵਾਈ ਛੇੜ ਦਿੱਤੀ ਹੈ ਹਾਲਾਂਕਿ ਕਾਰਵਾਈਆਂ ਜਿਹੜੀਆਂ ਹੈਗੀਆਂ ਇਹ ਸ਼ੁਰੂ ਤੋਂ ਹੀ ਕੀਤੀਆਂ ਜਾ ਰਹੀਆਂ ਸੀ ਪਰ ਹੁਣ ਵਿਜੀਲੈਂਸ ਵੱਲੋਂ 29 ਮਈ ਨੂੰ ਇਸ ਸੰਪਾਦਕ ਨੂੰ ਜਿਹੜਾ ਤਲਬ ਕਰ ਲਿਆ ਗਿਆ ਪੰਜਾਬੀ ਅਖਬਾਰਾ ਅਜੀਤ ਉਹਨਾਂ ਦੇ ਸੰਪਾਦਕ ਹੈਗੇ ਬਰਜਿੰਦਰ ਸਿੰਘ ਹਮਦਰਦ ਉਹਨਾਂ ਨੂੰ ਵਿਜੀਲੈਂਸ ਨੇ ਪੁੱਛਗਿੱਛ ਦੇ ਲਈ 29 ਮਈ ਦੇ ਲਈ ਜਿਹੜਾ ਤਲਬ ਕੀਤਾ ਗਿਆ ਇਹ ਜਿਹੜੀ ਪੂਰੀ ਪੁਛਿਸ਼ ਹੋਣੀ ਹੈ ਇਹ ਜੋ ਕਰਤਾਰਪੁਰ ਜਲੰਧਰ ਦੇ ਵਿੱਚ ਜੰਗ-ਏ-ਆਜ਼ਾਦੀ ਮੈਮੋਰੀਅਲ ਬਣਾਇਆ ਗਿਆ ਸੀ ਯਾਦਗਾਰ ਬਣਾਈ ਗਈ ਸੀ ਤਾਂ ਉਸ ਮਾਮਲੇ ਦੇ ਵਿੱਚ ਜੋ ਫੰਡਾਂ ਦੀ ਹੇਰਫੇਰ ਨੂੰ ਲੈ ਕੇ ਵਿਜੀਲੈਂਸ ਨੇ ਜਦੋਂ ਕੈਪਟਨ ਦੀ ਸਰਕਾਰ ਜਾਂਦੀ ਹੈ ਚੰਨੀ ਦੀਂਦੀ ਤਾਂ ਫਿਰ ਉਸ ਤੋਂ ਬਾਅਦ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਬਣਦੇ ਨੇ ਤਾਂ ਉਸ ਤੋਂ ਬਾਅਦ ਵਿਜੀਲੈਂਸ ਇਸ ਮੁੱਦੇ ਦੇ ਉੱਪਰ ਯਾਨਕਿ ਜੋ ਜੰਗ-ਏ-ਆਜ਼ਾਦੀ ਮੈਮੋਰੀਅਲ ਹੈ ਇਸ ਮੁੱਦੇ ਦੇ ਉੱਪਰ ਵੀ ਜਾਂਚ ਪੜਤਾਲ ਕਰ ਰਹੀ ਹੁੰਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਹੁਣ ਵਿਜੀਲੈਂਸ ਨੇ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਨੂੰ ਵੀ ਤਲਬ ਕੀਤਾ ਹੈ ਤੇ ਜੋ ਸੰਮਨ ਜਾਰੀ ਹੋਏ ਨੇ ਹਮਦਰਦ ਦੇ ਖਿਲਾਫ ਇਸ ਦਾ ਵਿਰੋਧ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਕੀਤਾ ਤੇ ਵੀਟ ਕਰਕੇ ਉਹਨਾਂ ਨੇ ਇਸ ਕਾਰਵਾਈ ਦੇ ਉੱਪਰ ਸਵਾਲ ਖੜੇ ਕੀਤੇ ਨੇ ਤਾਂ ਦਰਸਲ ਕੀ ਹੈ ਕਿ ਕੈਪਟਨ ਜਦੋਂ ਇਸ ਜੰਗੇ ਆਜ਼ਾਦੀ ਜੋ ਕਰਤਾਰਪੁਰ ਦੇ ਵਿੱਚ ਬਣਾਈ ਗਈ ਹੈ ਜਦੋਂ ਤੁਸੀਂ ਲੁਧਿਆਣਾ ਤੋਂ ਅੰਮ੍ਰਿਤਸਰ ਨੂੰ ਜਾਂਦੇ ਹੋ ਤਾਂ ਜਲੰਧਰ ਤੋਂ ਅੱਗੇ ਕਰਤਾਰਪੁਰ ਆਂਦਾ ਹੈ ਤਾਂ ਉੱਥੇ ਸੱਜੇ ਹੱਥ ਤੁਹਾਨੂੰ ਅੰਮ੍ਰਿਤਸਰ ਜਾਂਦੇ ਸਮੇਂ ਸੱਜੇ ਹੱਥ ਤੁਹਾਨੂੰ ਜੰਗ-ਏ-ਆਜ਼ਾਦੀ ਮੈਮੋਰੀਅਲ ਬਣਿਆ ਹੋਇਆ ਦਿਖਾਈ ਦੇਵੇਗਾ ਤਾਂ ਇਲਜ਼ਾਮ ਨੇ ਕਿ ਇਸ ਮੈਮੋਰੀਅਲ ਨੂੰ ਬਣਾਉਣ ਦੇ ਲਈ ਤਕਰੀਬਨ 350 ਕਰੋੜ ਰੁਪਏ ਫੰਡਾਂ ਦੀ ਹਿਰਾਫੇਰੀ ਹੋਈ ਹੈ ਤੇ ਇਸ ਦੀ ਭਾਲ ਦੇ ਵਿੱਚ ਹੁਣ ਜਿਹੜਾ ਹੈਗਾ ਵਿਜੀਲੈਂਸ ਵੱਲੋਂ ਬਰਜਿੰਦਰ ਸਿੰਘ ਹਮਦਰਦਰ ਨੂੰ ਤਲਬ ਕੀਤਾ ਗਿਆ ਇਸ ਤੋਂ ਇਲਾਵਾ ਜੰਗੇ ਆਜ਼ਾਦੀ ਦੇ ਸਕੱਤਰ ਲਖਵਿੰਦਰ ਸਿੰਘ ਜੋਹਲ ਹੈ ਉਸ ਤੋਂ ਵੀ ਵਿਜੀਲੈਂਸ ਪੁੱਛਗਿੱਛ ਕਰ ਚੁੱਕੀ ਹੈ ਉਹਨਾਂ ਨੇ ਵੀ ਤਲਬ ਕਰ ਚੁੱਕੀ ਹੈ ਤਾਂ ਜਦੋਂ ਸੂਬੇ ਦੇ ਵਿੱਚ ਸਾਲ 2012 ਦੇ ਅੰਦਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੁੰਦੀ ਹੈ ਤਾਂ ਡਾਕਟਰ ਵਰਜਿੰਦਰ ਸਿੰਘ ਹਮਦਰਦ ਨੂੰ ਇਸ ਯਾਦਗਾਰ ਨੂੰ ਬਣਾਉਣ ਦੇ ਲਈ ਜ਼ਿੰਮੇਵਾਰੀ ਜਿਹੜੀ ਆਕਾਲੀ ਸਰਕਾਰ ਨੇ ਦਿੱਤੀ ਸੀ ਫਿਰ ਉਸ ਤੋਂ ਬਾਅਦ ਜਿਹੜਾ ਪਹਿਲਾ ਨੀ ਪੱਥਰ ਹੈਗਾ ਇਸ ਦਾ ਪਹਿਲੇ ਪੜਾ ਦਾ ਨੀ ਪੱਥਰ ਜਿਹੜਾ ਹੈਗਾ 1 ਉਹ ਨਵੰਬਰ 2014 ਨੂੰ ਰੱਖਿਆ ਸੀ ਤੇ ਪਹਿਲੇ ਪੜਾ ਦੀ ਜਿਹੜੀ ਉਸਾਰੀ ਹੈਗੀ ਹੈ ਜੰਗੇ ਆਜ਼ਾਦੀ ਦੀ ਉਹ 16 ਨਵੰਬਰ ਮਾਫ ਕਰਨਾ 6 ਨਵੰਬਰ 2016 ਨੂੰ ਸ਼ੁਰੂ ਕਰ ਦਿੱਤੀ ਗਈ ਸੀ ਮੁਕੰਮਲ ਹੋ ਗਈ ਸੀ ਫਿਰ ਇਸ ਤੋਂ ਬਾਅਦ ਦੂਸਰਾ ਪੜਾ ਆ ਜਾਂਦਾ ਹੈ ਤੇ ਸਵੇਰੇ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਚਲੀ ਜਾਂਦੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਜਾਂਦੀ ਹੈ ਜੰਗੇ ਆਜ਼ਾਦੀ ਦਾ ਦੂਸਰਾ ਜਿਹੜਾ ਪੜਾ ਹੁੰਦਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਯਾਨੀ ਕਿ ਸੀਐਮ ਉਸ ਸਮੇਂ ਦੇ ਕੈਪਟਨ ਦੇ ਵੱਲੋਂ 6 ਮਾਰਚ 2018 ਨੂੰ ਦੂਸਰੇ ਪੜਾਅ ਦਾ ਉਦਘਾਟਨ ਕੀਤਾ ਜਾਂਦਾ ਤੇ ਤੀਸਰੇ ਪੜਾਅ ਦਾ ਉਦਘਾਟਨ ਵੀ ਜਿਹੜਾ ਹੈਗਾ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਹੀ ਹੋਇਆ ਸੀ ਤਾਂ ਇਹ ਜਿਹੜਾ ਪੂਰਾ ਹੈਗਾ ਜਦੋਂ ਇਹ ਬਣ ਜਾਂਦਾ ਹੈ 2020 ਦੇ ਵਿੱਚ ਤਾਂ ਫਿਰ ਉਸ ਤੋਂ ਬਾਅਦ ਬਰਜਿੰਦਰ ਸਿੰਘ ਹਮਦਰਦ ਅਸਤੀਫਾ ਦੇ ਦਿੰਦੇ ਨੇ ਉਹਨਾਂ ਨੂੰ ਜੋ ਇੱਥੇ ਪੂਰਾ ਚੇਅਰਮੈਨ ਬਣਾਇਆ ਹੁੰਦਾ ਹੈ ਤਾਂ ਉਹਨਾਂ ਨੇ ਆਪਣਾ ਕੈਪਟਨ ਅਬਰਿੰਦਰ ਸਿੰਘ ਨੂੰ 1 ਜੁਲਾਈ 2020 ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸੀ ਹਾਲਾਂਕਿ ਕੈਪਟਨ ਅਬਰਿੰਦਰ ਸਿੰਘ ਨੇ ਉਹਨਾਂ ਦਾ ਅਸਤੀਫਾ ਸਵੀਕਾਰ ਨਹੀਂ ਸੀ ਕੀਤਾ ਸਗੋਂ ਇਸ ਨੂੰ ਹੋਰ ਜ਼ਿੰਮੇਵਾਰੀ ਦੇ ਦਿੱਤੀਆਂ ਸੀ ਕਿ ਤੁਸੀਂ ਇਸ ਨੂੰ ਹੋਰ ਬਿਹਤਰ ਬਣਾਉਣਾ ਇਸ ਦੇ ਲਈ ਜਿਹੜਾ ਹੈਗਾ ਆਪਣਾ ਕੰਮ ਤੁਸੀਂ ਜਾਰੀ ਰੱਖੋ ਅਜਿਹਾ ਕੀਤਾ ਗਿਆ ਸੀ ਤਾਂ ਫਿਰ ਜਦੋਂ 26 ਜਨਵਰੀ 2022 ਨੂੰ ਅ ਗਣਤੰਤਰ ਦਿਵਸ ਦੇ ਮੌਕੇ ਦੇ ਉੱਪਰ ਪ੍ਰੇਡ ਹੁੰਦੀ ਹੈ ਝਾਕੀ ਦਿਖਾਈ ਜਾਂਦੀ ਹੈ ਤਾਂ ਉਸ ਪੰਜਾਬ ਦੇ ਵੱਲੋਂ ਯਾਦਗਾਰ ਇਸ ਜੋ ਮੈਮੋਰੀਅਲ ਬਣਾਇਆ ਗਿਆ ਇਸ ਦੇ ਆਧਾਰ ਦੇ ਉੱਪਰ ਬਣਾਈ ਜਾਂਦੀ ਹੈ ਤਾਂ ਹੁਣ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਵਰਜਿੰਦਰ ਸਿੰਘ ਹਮਦਰਦਨ ਨੂੰ ਇਸ ਹਾਰੀ ਜ਼ਿੰਮੇਵਾਰੀ ਦਿੱਤੀ ਗਈ ਸੀ ਹਾਲਾਂਕਿ ਜਦੋਂ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਫਿਰ ਸਭ ਤੋਂ ਪਹਿਲਾਂ ਇਸ ਦੀ ਜਿਹੜੀ ਜਾਂਚ ਹੈ ਇਨਕੁਆਰੀ ਬਿਠਾ ਦਿੱਤੀ ਜਾਂਦੀ ਹੈ ਜੰਗੇ ਆਜ਼ਾਦੀ ਦੀ ਫਿਰ ਉਸ ਤੋਂ ਬਾਅਦ ਬਰਜਿੰਦਰ ਸਿੰਘ ਹਮਦਰਦ ਵੱਲੋਂ ਆਪਣੇ ਸਾਰੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਾਂਦਾ ਇਹ ਕਹਿ ਕੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਾਣਬੁੱਝ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਘਰ ਉਹਨਾਂ ਦੇ ਪੁਲਿਸ ਭੇਜ ਰਹੀ ਹੈ ਇਸ ਕਰਕੇ ਮੈਂ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿਨਾ ਜੰਗੇ ਆਜ਼ਾਦੀ ਦੇ ਨਾਲ ਸੰਬੰਧਿਤ ਤਾਂ ਹੁਣ ਵਿਜੀਲੈਂਸ ਨੇ ਉਹਨਾਂ ਨੂੰ ਤਲਬ ਕਰ ਲਿਆ 29 ਮਈ ਨੂੰ ਜਿਹੜਾ ਹੈਗਾ ਉਹਨਾਂ ਨੂੰ ਪੁੱਛਗਿੱਛ ਦੇ ਲਈ ਬੁਲਾਇਆ ਗਿਆ ਹਾਲਾਂਕਿ ਇਹ ਸਾਫ਼ ਨਹੀਂ ਹੋ ਸਕਿਆ ਕਿ ਜਲੰਧਰ ਬੁਲਾਇਆ ਗਿਆ ਜਾਂ ਮੋਹਾਲੀ ਬੁਲਾਇਆ ਗਿਆ ਇਸ ਤੋਂ ਪਹਿਲਾਂ ਜਿਹੜੇ ਹੈਗੇ ਨੇ 77 ਆਜ਼ਾਦੀ ਜੰਗੇ ਆਜ਼ਾਦੀ ਦੇ 77 ਹੈਗੇ ਨੇ ਲਖਵਿੰਦਰ ਸਿੰਘ ਜੋਲ ਉਹਨਾਂ ਨੂੰ ਜਲੰਧਰ ਦੇ ਵਿੱਚ ਪੁੱਛਗਿੱਛ ਕੀਤੀ ਗਈ ਸੀ ਤਾਂ ਮੰਨਿਆ ਜਾ ਰਿਹਾ ਹੈ ਕਿ ਬਰਜਿੰਦਰ ਸਿੰਘ ਹਮਦਰਦ ਤੋਂ ਵੀ ਜਲੰਧਰ ਵਿਜੀਲੈਂਸ ਦੇ ਜਿਹੜਾ ਦਫ਼ਤਰ ਹੈਗਾ ਉੱਥੇ ਪੁੱਛਗਿੱਛ ਕੀਤੀ ਜਾ ਸਕਦੀ ਹੈ